ਕੇਂਦਰ ਵੱਲੋਂ ਤਿੰਨ ਰਾਜਮਾਰਗ ਮੁੱਖ ਰਾਜਮਾਰਗਾਂ ਦੇ ਜਿਹੜੇ ਪ੍ਰੋਜੈਕਟ ਸੀਗੇ ਉਹ ਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚੋਂ ਜ਼ਮੀਨ ਦੀ ਘਾਟ ਨੂੰ ਲੈ ਕੇ ਜਿਹੜਾ ਹੈਗਾ ਉਹਨਾਂ ਦਾ ਕਹਿਣਾ ਹੈ। ਮੇਰੀ ਗੱਲ ਸੁਣੋ, ਕੋਈ ਵੀ ਪ੍ਰੋਜੈਕਟ ਜਿਹੜਾ ਆ ਉਹ ਬੰਦ ਨਹੀਂ ਹੋਇਆ, ਕਈ ਵਾਰੀ ਕੁਝ ਸਮੱਸਿਆਵਾਂ ਪੈ ਜਾਂਦੀਆਂ ਨੇ, ਉੱਥੇ ਠੇਕੇਦਾਰ ਦੀ ਮਸ਼ੀਨਰੀ ਵੀ ਪਈ ਰਹਿੰਦੀ ਆ, ਕੁਝ ਆ ਉਹਦੇ ਵਾਸਤੇ ਖਰਚੇ ਵੱਧ ਜਾਂਦੇ ਨੇ, ਠੀਕ ਆ। ਸੋ ਉਹਨਾਂ ਨੇ ਉਹ ਜਸਟ ਟਰਮੀਨੇਟ ਕੀਤੇ ਨੇ, ਉਹ ਦੁਬਾਰਾ ਅਵਾਰਡ ਹੋ ਜਾਣਗੇ, ਕੋਈ ਪ੍ਰੋਜੈਕਟ ਬੰਦ ਨਹੀਂ ਹੋਏ। ਕੋਈ ਸਪੈਸੀਫਿਕਲੀ ਇਹ ਨਹੀਂ ਆ ਕਿ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਗਿਆ ਕਿ ਅੱਗੇ ਹੋਣਾ ਹੀ ਨਹੀਂ, ਉਹ ਤਾਂ ਆਪਾਂ ਨੋਰਮਲ ਰੂਟੀਨ ਦੇ ਵਿੱਚ ਕੋਈ ਵੀ ਇੱਕ ਕੰਟਰੈਕਟਰ ਨੂੰ ਕੋਈ ਮੁਸ਼ਕਲ ਆਵੇ ਉਹਦਾ ਕੰਟਰੈਕਟ ਟਰਮੀਨੇਟ ਕਰਕੇ ਅਸੀਂ ਦੁਬਾਰਾ ਕੰਟਰੈਕਟ ਕਰ ਦਿੰਦੇ ਹਾਂ। ਸੋ ਇਸੇ ਤਰ੍ਹਾਂ ਹੀ ਹੋਗਾ, ਕੋਈ ਇਹੋ ਜਿਹੀ ਗੱਲ ਜੋ ਹੁਣ ਤੱਕ ਬਿਆਨ ਸਾਹਮਣੇ ਆਇਆ ਉਹਦੇ ਵਿੱਚ ਇਹ ਹੈਗੇ 3264 ਕਰੋੜ ਦੇ ਪ੍ਰੋਜੈਕਟ ਸੀਗੇ, ਤਿੰਨ ਪ੍ਰੋਜੈਕਟ ਸੀਗੇ ਜਿਹੜੇ ਕਿ ਲੈਂਡ ਨਾ ਮਿਲਣ ਕਾਰਨ ਜਿਹੜਾ ਹੈਗਾ। ਦੇਖੋ ਉਹ ਅਸੀਂ ਜਿਹਨਾਂ ਨੂੰ ਲੈਂਡ ਨਹੀਂ ਮਿਲੀ ਨਾ ਉਹ ਅਸੀਂ ਸਪੀਡ ਅਪ ਕਰ ਦਿੱਤਾ ਆ, ਉਹ ਲੈਂਡ ਜਿਹੜੀ ਆ NHAI ਨੂੰ ਪ੍ਰੋਵਾਈਡ ਕਰਾ ਦਿੱਤੀ। ਸਰ ਇੱਕ ਛੋਟਾ ਜਿਹਾ ਲਾਸਟ ਸਵਾਲ ਹੈਗਾ ਕਿ 3 ਤੋਂ 4 ਜਿਹੜੇ ਬ੍ਰਿਜ ਬਣ ਰਹੇ, ਫਲਾਈਓਵਰ ਬਣ ਰਹੇ ਹੈਗੇ, ਆਪਾਂ ਬਿਆਸ ਤੱਕ ਦੀ ਗੱਲ ਕਰੀਏ ਅੰਮ੍ਰਿਤਸਰ ਤੋਂ ਲੈਂਦੇ ਆ, ਔਰ ਵੱਡੀ ਸਮੱਸਿਆ ਜਿਹੜੀ ਹੈਗੀ ਆ ਲੋਕਾਂ ਨੂੰ ਪੇਸ਼ ਆ ਰਹੀ ਕਿਉਂਕਿ ਉਹ ਲੰਬੇ ਸਮੇਂ ਤੋਂ ਪੈਂਡਿੰਗ ਚੱਲ ਰਹੇ, ਕੋਈ ਹੁਣ ਤੱਕ ਰਾਬਤਾ ਥੋੜਾ ਕਿੰਦਰ ਨਾ ਹੋਇਆ ਹੋਵੇ। ਦੇਖੋ ਰਾਬਤਾ ਹੋਇਆ ਹੈ, ਜਦੋਂ ਕੋਈ ਸੜਕ ਚੌੜੀ ਹੋਣੀ ਹੋਵੇ ਜਾਂ ਬ੍ਰਿਜ ਬਣਨਾ ਹੋਵੇ ਨਾ, ਉਹਦੇ ਵਾਸਤੇ ਕਈ ਤਰ੍ਹਾਂ ਦੀਆਂ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਨੇ, ਜਿਸ ਤਰ੍ਹਾਂ PSPCL ਦੀ, ਚਲੋ ਉਹ ਤਾਂ ਸਾਡੀ ਪੰਜਾਬ ਦੀ ਆ, ਕਈ ਵਾਰੀ ਫੋਰੈਸਟ ਡਿਪਾਰਟਮੈਂਟ ਤੋਂ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਨੇ, ਫੋਰੈਸਟ ਐਕਟ ਦੇ ਵਿੱਚ ਕੋਈ ਚੇਂਜਸ ਵੀ ਹੋਈਆਂ ਨੇ। ਸੋ ਅਸੀਂ ਉਹਨਾਂ ਨੂੰ ਉਹਦੇ ਮੁਕਾਬਲਤਨ ਫੋਰੈਸਟ ਵਾਸਤੇ ਲੈਂਡ ਦੇਣੀ ਹੁੰਦੀ ਹੈ, ਸੋ ਅਸੀਂ ਉਹ ਸਰਚ ਕਰ ਰਹੇ ਹਾਂ, ਅਸੀਂ ਲੈਂਡ ਜਿਹੜੀ ਆ ਉਹਨੂੰ ਦੇ ਦਾਂਗੇ ਔਰ ਪ੍ਰੋਜੈਕਟ ਕੰਪਲੀਟ। ਦੌਰਾਨ ਬੁਰੇ ਹਾਲ ਹੈਗੇ ਜੀ ਰੋਡ ਦੇ, ਲੋਕਾਂ ਨੂੰ ਨੈਸ਼ਨਲ ਹਾਈਵੇ ਤੋਂ ਲੰਘਣ 'ਚ ਸਮੱਸਿਆ ਆ ਰਹੀ, ਸੰਗਤ ਜਾਂਦੀ ਹੈਗੀ ਦਰਬਾਰ ਸਾਹਿਬ, ਕੋਈ ਰਾਬਤਾ ਕਰੋਗੇ ਇੱਕ ਵਾਰੀ NHAI ਨਾਲ ਕਿ ਥੋੜ੍ਹੀ ਬਹੁਤੀ ਰਿਪੇਅਰ ਜਿਹੜੀ ਹੈਗੀ ਜ਼ਰੂਰ? ਬਿਲਕੁਲ ਕਰਾਂਗੇ। ਰੋਡ ਤੋਂ ਹੀ ਵੇਖ ਲਓ, ਰਈਆ ਦੇਖ ਹੀ ਰਹੇ ਆ ਤੁਸੀਂ, ਉਹ ਜਿੱਥੋਂ ਵੀ ਇਹ ਬਾਬਾ ਬਕਾਲਾ ਮੋੜ ਵਾਲਾ ਪੁਲ ਸ਼ੁਰੂ ਹੋ ਰਿਹਾ ਉਤੋਂ ਪਿੱਛੇ ਦੇਖ ਲਓ, ਤੇ ਰਈਏ ਦੀ ਸਿਚੁਏਸ਼ਨ ਦੇਖ ਲਓ ਤੁਸੀਂ, ਪਾਣੀ ਦੇ ਨਾਲ ਸਾਰੇ ਬਾਜ਼ਾਰ ਭਰੇ ਆ। ਜਿਹੜਾ ਬਾਬਾ ਬਕਾਲਾ ਮੋੜ ਦੇ ਲਾਗੇ ਤੇ ਸ਼ਰਮਾ ਪੈਟਰੋਲ ਪੰਪ ਲਾਗੇ ਇੰਨੇ ਵੱਡੇ ਟੋਏ ਪਏ ਆ ਵੀ ਪਾਣੀ ਸਵੇਰੇ ਇੰਨਾ ਖੜਾ ਸੀ, ਮੈਂ ਗੱਡੀ ਲੈ ਕੇ ਖੁਦ ਆਇਆ ਵੀ ਉੱਥੇ ਪਤਾ ਨਹੀਂ ਲੱਗਾ ਇੰਨੇ ਵੱਡੇ ਟੋਏ ਸੀ, ਮੇਰੀ ਖੁਦ ਦੀ ਗੱਡੀ ਨੁਕਸਾਨੀ ਗਈ ਆ। ਤੇ ਇੱਧਰ ਤੁਸੀਂ ਵੇਖ ਲਓ ਵੀ ਮਾਝੇ ਤੇ 2-3 ਮੰਤਰੀ ਵੀ ਇਸੇ ਰੋਡ ਥਾਣੀ ਲੰਘਦੇ ਆ, ਉਹਨਾਂ ਦਾ ਵੀ ਰੋਜ਼ ਦਾ ਆਉਣਾ ਜਾਣਾ ਵਾ, ਪਰ ਕਿਸੇ ਦਾ ਕੋਈ ਧਿਆਨ ਨਹੀਂ ਆ। ਇਹ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਰੋਡ NHAI ਦੇ ਅੰਡਰ ਆਉਂਦਾ, ਪਰ ਇਹਦੇ ਵੱਲ ਧਿਆਨ ਕੋਈ ਨਹੀਂ। ਪਹਿਲਾਂ ਵੀ ਬੜੀ ਦੇਰ ਇਹ ਰੋਡ ਟੁੱਟਾ ਰਿਹਾ, ਪਿੱਛੇ ਜੇ ਇਹਨਾਂ ਨੇ ਥੋੜ੍ਹਾ ਬਹੁਤਾ ਇਹਨੂੰ ਰਿਪੇਅਰ ਕੀਤਾ, ਪਰ ਹੁਣ ਇਹਦਾ ਫਿਰ ਬੁਰਾ ਹਾਲ, ਪਾਣੀ ਦੇ ਨਾਲ ਭਰਿਆ ਪਿਆ, ਟੋਇਆਂ ਨਾਲ ਖੱਡੇ ਵੇਖੋ ਕਿੰਨੇ ਕਿੰਨੇ ਵੱਡੇ ਪਏ ਆ, ਜਿਹੜੇ ਕਿ ਸੱਦਾ ਦੇ ਰਹੇ ਕਿਸੇ ਨਾ ਕਿਸੇ ਦੁਰਘਟਨਾ ਨੂੰ। ਹੁਣ ਜਿਹੜਾ ਹੈਗਾ ਵਾਹਨ ਕਿੱਦਾਂ ਲੰਘ ਰਹੇ ਉੱਥੋਂ? ਵਾਹਨ ਤੇ ਵੇਖੋ ਤੁਸੀਂ, ਵੇਖ ਹੀ ਲਿਆ ਆਪ ਹੀ, ਤੁਸੀਂ ਸਾਰਾ ਕਵਰ ਕਰ ਹੀ ਲਿਆ ਵਾਹਨਾਂ ਦੀ ਪੋਜੀਸ਼ਨ ਕੀ ਆ। ਪਾਣੀ ਦੇ ਨਾਲ ਇਹਨਾਂ ਖਲੋਤਾ ਵੀ ਖੱਡਿਆਂ ਦਾ ਪਤਾ ਨਹੀਂ ਲੱਗਦਾ। ਬਾਕੀ ਜਿਹੜੇ ਇਹਨਾਂ ਨੇ ਰੋਡ ਦੇ ਨਾਲ ਹਾਈਵੇ ਨੇ ਨਾਲੇ ਬਣਾ ਦਿੱਤੇ ਆ, ਪਰ ਇਹਨਾਂ ਦੀ ਨਿਕਾਸੀ ਕੋਈ ਨਹੀਂ ਆ। ਤੁਸੀਂ ਵੇਖ ਲਓ ਜਾ ਕੇ ਇਹਨਾਂ ਦਾ ਪਾਣੀ ਕਿਤੇ ਜਾਂਦਾ, ਨਾਲੇ ਬਣਾਉਣ ਨਾਲ ਕੀ ਹੋਣਾ, ਨਾਲੇ ਤੇ ਓਵਰਫਲੋ ਹੋਏ, ਜਦੋਂ ਅੱਗੇ ਨਿਕਾਸੀ ਆ ਨਹੀਂ ਤੇ ਇਹਨਾਂ ਦਾ ਕੀ ਫਾਇਦਾ? ਪਾਣੀ ਹੁਣ ਰਈਏ ਦੇ ਕਿੰਨਾ ਕਿਹਾ? ਰਈਏ ਦੇ ਵੇਖੋ ਪਾਣੀ ਕਿੰਨਾ ਖੜਾ, ਤੁਸੀਂ ਫੇਰੂਮਾ ਚੌਂਕ 'ਚ ਦੇਖ ਹੀ ਲਿਆ ਕੀ ਪੋਜੀਸ਼ਨ ਆ, ਭਰਿਆ ਪਿਆ ਪਾਣੀ ਦੇ ਨਾਲ। ਅਜੇ ਤਾਂ ਬਾਰਿਸ਼ ਹੁਣ ਘੱਟ ਗਈ ਆ, ਪਹਿਲਾਂ ਜਦੋਂ ਬਾਰਿਸ਼ ਤੇਜ਼ ਸੀ ਉਦੋਂ ਤੇ ਪਾਣੀ ਪਾਣੀ ਸੀਗਾ। ਕੀ ਲੱਗਦਾ ਕਿ ਜੇ ਮੌਨਸੂਨ ਹਾਲੇ ਤੇ ਖੁੱਲ ਕੇ ਆਇਆ ਨਹੀਂ ਆਵੇ ਤੇ ਫੇਰ ਕੀ ਬਣੇ? ਮੇਰੇ ਖਿਆਲ ਅੱਜ ਤੇ ਪਹਿਲਾ ਦੇਣੇ ਆ, ਅਜੇ ਤਾਂ ਪੂਰਾ ਇੱਕ ਹਫਤਾ ਹੀ ਸ਼ੋ ਕਰ ਰਿਹਾ ਵਾ ਬਾਰਿਸ਼ ਪੂਰੀ, ਤੇ ਫਿਰ ਤੇ ਮੇਰੇ ਖਿਆਲ ਦੇ ਨਾਲ ਪਾਣੀ ਪਾਣੀ ਰਹੂਗਾ ਦੁਕਾਨਦਾਰਾਂ ਦਾ। ਅੱਜ ਮੈਂ ਪਿੱਛੇ ਇੱਕ ਦੁਕਾਨ ਤੇ ਖੜੇ ਹੋਣਾ ਸੀਗਾ, ਉੱਥੇ ਇੰਨਾ ਪਾਣੀ ਅੱਗੇ ਖੜਾ ਵੀ ਮੈਂ ਉਹ ਤੇ ਦੁਕਾਨ ਤੇ ਨਹੀਂ ਜਾ ਸਕਿਆ। ਉਹ ਪੋਜੀਸ਼ਨ ਦੇਖ ਲਓ ਤੁਸੀਂ, ਜਾ ਕੇ ਫੇਰੂਮਾਨ ਕਾਲਜ ਦੇ ਲਾਗੇ। ਕੀ ਲੱਗਦਾ ਪਹਿਲਾਂ ਇੱਕ ਲੜਕੇ ਦੀ ਮੌਤ ਵੀ ਹੋਈ ਸੀਗੀ ਬਾਬਾ ਬਕਾਲੇ ਜਦੋਂ ਰੋਡ ਦੇ ਉੱਤੇ ਖੱਡਿਆਂ ਨੂੰ ਲੈ ਕੇ ਜਦੋਂ ਤਸਵੀਰਾਂ ਆਈਆਂ ਸੀਗੀਆਂ, ਕੀ ਸੀਗਾ ਕਾਰਨ, ਕੀ ਸਾਹਮਣੇ ਆਇਆ? ਦੇਖੋ ਗੱਲ ਤੇ ਇਹੀ ਆ ਵੀ ਜਦੋਂ ਰੋਡ ਦੀ ਧਿਆਨ ਹੀ ਹੈ ਨਹੀਂ ਕਿਸੇ ਦਾ, ਤੇ ਖੱਡਿਆਂ 'ਚ ਜਦੋਂ ਕੋਈ ਮੋਟਰਸਾਈਕਲ ਤੇ ਆਉਂਦਾ ਅਚਾਨਕ ਕੋਈ ਖੱਡਾ ਆ ਜਾਂਦਾ, ਉਹ ਡਿੱਗਦਾ ਤੇ ਸੱਟਾਂ ਪੇਟਾਂ ਤੇ ਲੱਗਣੀਆਂ, ਇਹ ਜਾਨ ਵੀ ਜਾ ਸਕਦੀ, ਅੱਗੇ ਮੌਤ ਹੋਈ ਵੀ ਆ, ਉਹ ਤੁਹਾਨੂੰ ਪਤਾ ਇਸ ਗੱਲ ਦਾ, ਤੇ ਹੁਣ ਵੀ ਇਹੀ ਪੋਜੀਸ਼ਨ ਹੈ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ? ਦੇਖੋ ਮੰਗ ਤੇ ਪ੍ਰਸ਼ਾਸਨ ਕੋਲ ਇਹੋ ਕਰਦੇ, ਅਸੀਂ ਸਾਰੇ ਇਲਾਕੇ ਦੀ ਮੰਗ ਆ
ਵੀ ਇਹ ਜਿਹੜੇ ਆ ਇਹ ਜਿੰਨਾ ਚਿਰ ਪੁਲ, ਪਹਿਲੀ ਤਾਂ ਗੱਲ ਜਲਦੀ ਤੋਂ ਜਲਦੀ ਪੁਲ ਬਣਾਏ ਜਾਣ। ਹੁਣ ਬਾਬਾ ਰਈ ਵਾਲੇ ਪੁਲ ਦਾ ਤੇ ਕੋਈ ਇਸ਼ੂ ਚੱਲ ਰਿਹਾ, ਬਾਬਾ ਬਕਾਲੇ ਵਾਲੇ ਪੁਲ ਦਾ ਕੋਈ ਇਸ਼ੂ ਨੀਗਾ, ਉੱਥੇ ਵੀ ਜਾਣ ਬੁੱਝ ਕੇ ਜਿਹੜੇ ਲੋਕ ਆ ਰਾਹਗੀਰ ਖੱਜਲ ਖਰਾਬ ਹੋ ਰਹੇ, ਉਹ ਪੁਲ ਨੂੰ ਜਾਣ ਬੁੱਝ ਕੇ ਰੋਕਿਆ, ਕਿਹੜੀ ਗੱਲੋਂ ਰੋਕਿਆ ਉਹ ਤੇ ਹੁਣ ਸਰਕਾਰਾਂ ਦੱਸ ਸਕਦੀਆਂ। ਇਹ ਛੇਤੀ ਤੋਂ ਛੇਤੀ ਪੁਲ ਵੀ ਮੁਕੰਮਲ ਹੋਣ, ਜੋ ਲੋਕਾਂ ਦੀਆਂ ਆ ਸਮੱਸਿਆ ਚੋਂ ਲੋਕਾਂ ਨੂੰ ਕੱਢਿਆ ਜਾਵੇ।